ਇੱਕ ਪਾਸੇ ਸਾਰਾ ਦੇਸ਼ ਜੰਮੂ ਵਿੱਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਨੌਜਵਾਨਾਂ ਦੀ ਮੌਤ 'ਤੇ ਮਾਤਮ ਮਨਾ ਰਿਹਾ ਹੈ ਅਤੇ ਦੂਜੇ ਪਾਸੇ ਮੋਮਬੱਤੀਆਂ ਬਾਲ ਕੇ ਦੇਸ਼ ਭਗਤੀ ਦੀ ਅਲਖ ਜਗਾਉਣ ਵਾਲੇ ਵਿਅਕਤੀ ਅੱਜ ਕਲਚਰਲ ਪ੍ਰੋਗਰਾਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਰੰਗਾਰੰਗ ਪ੍ਰੋਗਰਾਮ ਵਿੱਚ ਖੁਸ਼ੀ ਭਰੇ ਪਲ ਮਾਣਦੇ ਰਹੇ। ਅੱਤਵਾਦੀ ਹਮਲੇ ਵਿੱਚ ਜਾਨਾਂ ਨਿਸ਼ਾਵਰ ਕਰ ਚੁੱਕੇ ਨੌਜਵਾਨਾਂ ਦੇ ਅੰਤਿਮ ਸੰਸਕਾਰ ਵੀ ਨਹੀਂ ਸੀ ਹੋਏ ਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਦੇ ਨਜ਼ਰ ਆਏ। ਜਦੋਂ ਪੱਤਰਕਾਰਾਂ ਨੇ ਅਜੈਬ ਸਿੰਘ ਭੱਟੀ ਨੂੰ ਪੁੱਛਿਆ ਕਿ ਅੱਜ ਦੇਸ਼ ਭਰ ਵਿੱਚ ਮਾਤਮ ਦਾ ਮਾਹੌਲ ਹੈ, ਅਜਿਹੇ 'ਚ ਰੰਗਾਰੰਗ ਪ੍ਰੋਗਰਾਮ ਕਰਨਾ ਤੁਹਾਡੇ ਵੱਲੋਂ, ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਾ ਕਿੱਥੋਂ ਤੱਕ ਸਹੀ ਹੈ, ਤਾਂ ਉਹਨਾਂ ਦਾ ਕੀ ਜਵਾਬ ਸੀ ਤੁਸੀਂ ਵੀ ਸੁਣ ਲਓ। ਇਸੇ ਕਾਰਨ ਕਰਕੇ ਨਹੀਂ ਖੁੱਲ੍ਹ ਸਕੇ। ਇਹ ਲੋਕ ਆਪਣੇ ਉੱਦਮ ਦੇ ਨਾਲ ਐਜੂਕੇਸ਼ਨ ਦੇ ਪਸਾਰ ਦੇ ਲਈ ਐਫਰਟਸ ਕਰ ਰਹੇ ਆ ਅਤੇ ਅੱਜ ਇਹਨਾਂ ਨੇ ਆਪਣੀ ਐਗਜਿਸਟੈਂਸ ਸ਼ੋ ਕਰਨ ਦੇ ਲਈ ਇੱਕ ਬਹੁਤ ਵਧੀਆ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਔਰ ਆਪਣੀ ਯੂਨਿਟੀ ਦਾ ਸਬੂਤ ਵੀ ਦਿੱਤਾ। ਇੱਕ ਪਾਸੇ ਜਿਹੜਾ ਹੈਗਾ ਆਪਣੇ ਜਵਾਨ ਸ਼ਹੀਦ ਹੋਏ ਗਏ ਸ਼ਹੀਦਾਂ ਦਾ ਨਹੀਂ ਜਸ਼ਨ, ਨਹੀਂ, ਦਿਸ ਇਜ਼ ਨਾਟ ਲਾਈਕ ਦਿਸ। ਅੱਜ ਵਿਆਹਾਂ ਵਾਲਿਆਂ ਨੇ ਵਿਆਹ ਬੰਦ ਕਰਤੇ। ਨਹੀਂ ਜਸ਼ਨ, ਨਹੀਂ, ਦਿਸ ਇਜ਼ ਨਾਟ ਲਾਈਕ ਦਿਸ। ਅੱਜ ਵਿਆਹਾਂ ਵਾਲਿਆਂ ਨੇ ਵਿਆਹ ਬੰਦ ਕਰਤੇ। ਉਹ ਠੀਕ ਹੋ ਸਪੀਕਰ, ਉਹ ਪੰਜਾਬ ਵਿਧਾਨ ਸਭਾ ਦੇ ਇੱਕ ਜ਼ਿੰਮੇਵਾਰ ਯਾਨੀ ਕਿ ਉਹ ਪੰਜਾਬ ਦੀ ਯਾਨੀ ਕਿ ਵਿਧਾਨ ਸਭਾ ਦੇ ਵਿੱਚ ਹੈਗਾ, ਪਰ ਇਹੋ ਜਿਹੇ ਨੱਚਦੇ ਟੱਪਦੇ ਕਿਉਂਕਿ ਮਾਹੌਲ ਹੀ ਉਸ ਤਰ੍ਹਾਂ ਦਾ ਸੋਗ ਭਰਿਆ ਮਾਹੌਲ ਹੈ। 4 ਲੱਖ ਦੇਖੋ, ਲਿਸਨ, ਇਹਨਾਂ ਦਾ ਹਜੇ ਤੱਕ ਸੰਸਕਾਰ, ਲਿਸਨ, ਮੈਂ ਕਿਹਾ ਸੰਸਕਾਰ ਹੋ ਚੁੱਕਿਆ। ਬੈਠੇ ਉਹ ਆਨੰਦ ਮਾਣ ਰਹੇ ਸੀ ਭੰਗੜੇ ਗਿੱਧੇ ਦਾ ਸਕੂਲਾਂ ਦਾ। ਚਲੋ, ਜੋ ਦਿਸ ਇਜ਼ ਯੂਅਰ ਵਰਸ਼ਨ, ਮਾਈ ਵਰਸ਼ਨ ਇਜ਼ ਕਿ ਯੈਸਟਰਡੇ ਵੀ ਲਿਸਨ ਦਿਸ ਸੈਡ ਨਿਊਜ਼ ਐਂਡ ਵੀ ਪੇਡ ਅਵਰ ਟ੍ਰਿਬਿਊਟਸ ਟੂ ਆਲ ਦੋਜ਼ ਹੂ ਸੈਕਰੀਫਾਈਸ ਦੇਅਰ ਲਾਈਫ ਫਾਰ ਦਾ ਕੰਟਰੀ। ਯੈਸਟਰਡੇ ਵੀ ਲਿਸਨ ਐਂਡ ਵੀ ਡਿਡ ਇਟ ਐਂਡ ਕ੍ਰੀਮੇਸ਼ਨ ਹੈਜ਼ ਬਿਨ ਡਨ ਐਂਡ ਲਾਈਫ ਇਜ਼ ਕਮਿੰਗ ਟੂ ਨਾਰਮਲ। ਠੀਕ ਹੈ, ਵੀ ਹੈਵ ਆਲਸੋ ਪੇਨ ਮੋਰ ਦੈਨ ਯੂ ਪੀਪਲ, ਕਿ ਜੋ ਕੁਛ ਹੋਇਆ ਸਾਡੇ ਦੇਸ਼ ਦੀ ਕੁਰਬਾਨੀ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਦਿੱਤੀ ਹੈ। ਵੀ ਹੈਵ ਲਾਟ ਆਫ ਲਵ ਐਂਡ ਰਿਸਪੈਕਟ ਫਾਰ ਆਲ ਦੋਜ਼। ਪ੍ਰਿਅੰਕਾ ਗਾਂਧੀ ਨੇ ਵੀ ਆਪਦੀ ਪ੍ਰੈਸ ਕਾਨਫਰੰਸ ਰੱਦ ਕਰ ਦਿੱਤੀ ਗਈ ਕਿਉਂਕਿ ਇਹ ਬਹੁਤ ਵੱਡੀ ਘਟਨਾ ਸੀ ਦੇਸ਼ ਦੇ ਵਿੱਚ। ਦੇਖੋ, ਵਟ ਆਈ ਹੈਵ ਆਲਰੇਡੀ ਕਮਿਟਮੈਂਟ ਥਰੂ ਲੋ, ਮੈਂ ਇਹਨਾਂ ਨੇ ਕੀਤਾ ਹੋਇਆ ਸੀ ਵੀ ਆਈ ਵਿਲ ਕਮ ਟੂ ਅਟੈਂਡ ਦਿਸ ਫੰਕਸ਼ਨ, ਮੈਂ ਆਇਆ, ਦਿਸ ਇਜ਼ ਮਾਈ ਅਪੁਆਇੰਟਮੈਂਟ ਐਂਡ ਦਿਸ ਇਜ਼ ਮਾਈ ਰੂਟੀਨ। ਦੇਸ਼ ਭਗਤੀ ਦਾ ਬੱਚਿਆਂ ਨੂੰ ਕੀ ਸੁਣਿਆ ਜਾਊਗਾ ਜਿਹੜੇ ਇੱਥੇ ਸ਼ਾਮਿਲ ਸੀ? ਬੱਚਿਆਂ ਨੂੰ ਮੈਂ ਕੱਲ੍ਹ ਦੇ ਚੁੱਕਾ, ਜਿੰਨੇ ਵੀ ਕੱਲ੍ਹ ਦੇ ਫੰਕਸ਼ਨ ਸੀ ਉਹਨਾਂ ਦੇ ਵਿੱਚ ਅਸੀਂ ਇਹ ਮੈਸੇਜ ਕਨਵੇ ਕੀਤਾ। ਠੀਕ ਹੈ, ਓਕੇ, ਥੈਂਕ ਯੂ।